ਫਾਜ਼ਿਲਕਾ ਪੁਲਿਸ ਵੱਲੋਂ ਜ਼ਿਲ੍ਹੇ ਨੂੰ ਨਸ਼ਾ ਮੁਕਤ ਬਣਾਉਣ ਲਈ ਅੱਜ ਵਿਸ਼ੇਸ਼ ਤਰ੍ਹਾਂ ਦੀ ਮੁਹਿੰਮ ਚਲਾਈ ਗਈ, ਜਿਸ ਤਹਿਤ ਫਾਜ਼ਿਲਕਾ ਪੁਲਿਸ ਦੇ 200 ਜਵਾਨ ਲੱਗੇ, 25 ਵੱਖ ਵੱਖ ਪਾਰਟੀਆਂ ਲੱਗੀਆਂ, 266 ਸ਼ੱਕੀ ਵਿਅਕਤੀਆਂ ਅਤੇ 118 ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਗਈ, ਜਿਸ ਵਿੱਚ 44 ਡਰੱਗ ਹੋਟਸਪੋਟ ਏਰੀਏ ਦੇ ਚੈੱਕ ਕੀਤੇ ਗਏ ਅਤੇ 10 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਉਹਨਾਂ ਕੋਲੋਂ 49 ਗ੍ਰਾਮ ਹੈਰੋਇਨ, 32,300 ਡਰੱਗ ਬਣੀ, 10,200 ਲੀਟਰ ਲਾਨ ਅਤੇ 5 ਮੋਟਰਸਾਈਕਲ ਬਰਾਮਦ ਕੀਤੇ ਅਤੇ 4 ਵਿਅਕਤੀਆਂ ਖਿਲਾਫ਼ ਧਾਰਾ 110 CRPC ਤਹਿਤ ਮਾਮਲਾ ਦਰਜ ਕੀਤਾ ਗਿਆ। ਇਸ ਸੰਬੰਧ ਵਿੱਚ ਜ਼ਿਲ੍ਹਾ ਪੁਲਿਸ ਮੁਖੀ ਨੇ ਕੀ ਕੁਝ ਕਿਹਾ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਚੇਤਾਵਨੀ ਦਿੰਦੇ ਹੋਏ ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਕੀ ਕੁਝ ਕਿਹਾ, ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਰਹੋ। ਜੀ ਅੱਜ ਪੂਰੇ ਫਾਜ਼ਿਲਕਾ ਜ਼ਿਲ੍ਹੇ 'ਚ ਸਾਰੇ SHOs ਅਤੇ ਸਾਰੇ ਗਜ਼ਟਿਡ ਅਫਸਰ ਬਾਹਰ ਨੇ, ਇੰਕਲੂਡਿੰਗ ਮੀ, ਔਰ ਇੱਕ ਨਸ਼ਿਆਂ ਦੇ ਵਿਰੁੱਧ ਅਤੇ ਐਕਸਾਈਜ਼ ਜਾਂ ਜਿਹੜੇ ਵੀ ਕ੍ਰਿਮੀਨਲ ਐਲੀਮੈਂਟਸ ਹੈ ਉਹਨਾਂ ਦੇ ਵਿਰੁੱਧ ਇੱਕ ਕੰਪ੍ਰੀਹੈਂਸਿਵ ਡਰਾਈਵ ਅੱਜ ਚਲਾਈ ਜਾ ਰਹੀ ਹੈ, ਔਰ ਇਹਦੇ ਤਹਿਤ ਜਿਹੜੇ ਵੀ ਬੰਦੇ ਸਾਡੇ ਪੁਆਇੰਟ ਆਫ ਸੇਲ ਜਿਹਨੂੰ ਕਹਿੰਦੇ ਹੈ, ਜਿਹੜਾ ਗਲੀ ਨੁੱਕੜ ਜਾਂ ਅਗਰ ਕਿਸੇ ਦੀ ਕੋਈ ਸ਼ਿਕਾਇਤ ਹੈ ਕਿ ਬਈ ਇੱਥੇ ਕੁਛ ਅਵੇਲੇਬਿਲਿਟੀ ਆਫ ਸਰਟਨ ਸਬਸਟੈਂਸਿਸ ਹੈ, ਉਹ 'ਤੇ ਆਪਾਂ ਇੱਕ ਐਕਸ਼ਨੇਬਲ ਇੰਟੈਲੀਜੈਂਸ ਲੈ ਕੇ ਵੀ ਹੈਵ ਰੀਚਡ ਅਪ ਟੂ ਦਾ ਲਾਸਟ ਸਟਰੀਟ ਐਂਡ ਵੀ ਆਰ ਟੇਕਿੰਗ ਕੰਪ੍ਰੀਹੈਂਸਿਵ ਐਕਸ਼ਨ ਅਗੇਂਸਟ ਦੈਮ। ਜਿਤਨੇ ਵੀ ਸਸਪੇਸ਼ੀਅਸ ਬੰਦੇ ਆ ਉਹਨਾਂ ਨੂੰ ਰਾਊਂਡ ਅਪ ਕੀਤਾ ਜਾਊਗਾ ਅਤੇ ਉਹਨਾਂ ਦੇ ਪਾਸਟ ਕ੍ਰਿਮੀਨਲ ਐਂਟੀਸੀਡੈਂਟਸ ਵੀ ਚੈੱਕ ਕੀਤੇ ਜਾਣਗੇ। ਪ੍ਰੋਪਰ ਪਿੰਡਾਂ ਨੂੰ ਘੇਰਾ ਪਾ ਕੇ ਉੱਥੇ ਇੱਕ ਸਸਟੇਨਡ ਸਰਚ ਡਰਾਈਵ ਜਿਹੜੀ ਹੈਗੀ ਉਹ ਚਲਾਈ ਜਾ ਰਹੀ ਹੈ ਅੱਜ, ਔਰ ਇਹਦੇ 'ਚ ਸਵੇਰੇ ਤੋਂ ਲੈ ਕੇ ਹਲੇ ਤੱਕ ਸਾਨੂੰ ਕਾਫੀ ਅੱਛੀ ਸਕਸੈਸਿਸ ਵੀ ਮਿਲੀਆਂ ਜਿਹੜੀ ਆਪਾਂ ਤੁਹਾਡੇ ਨਾਲ ਸ਼ਾਮ ਤੱਕ ਸ਼ੇਅਰ ਕਰ ਦਾਂਗੇ ਜੀ। ਆਈ ਐਮ ਮਾਈਸੈਲਫ ਸਟੈਂਡਿੰਗ ਹੇਅਰ ਅਲੋਂਗ ਵਿਦ ਆਲ ਮਾਈ ਸੀਨੀਅਰ ਆਫਿਸਰਸ ਐਂਡ ਆਲ ਆਰ SHOs। ਤੋ ਕੋਸ਼ਿਸ਼ ਸਾਡੀ ਇੱਕ ਬਹੁਤ ਇਮਾਨਦਾਰ ਕੋਸ਼ਿਸ਼ ਹੈ, ਇਹਦੇ 'ਚ ਮੈਂ ਪਿੰਡ ਵਾਸੀਆਂ ਨੂੰ ਵੀ ਮੈਂ ਅਪੀਲ ਕਰਾਂਗੀ ਕਿ ਪੁਲਿਸ ਦੇ ਨਾਲ ਮੋਢੇ ਤੋਂ ਮੋਢਾ ਲਾ ਕੇ ਸਾਡੇ ਨਾਲ ਆਉਣ ਅਤੇ ਸਵੇਰੇ ਤੋਂ ਸਾਨੂੰ ਇਹ ਕਾਫੀ ਅੱਛਾ ਇੱਕ ਕੋਆਪਰੇਸ਼ਨ ਮਿਲਾ ਹੈ, ਇੱਥੇ ਜਿਹੜੇ ਚੰਗੇ ਬੰਦੇ ਉਹਨਾਂ ਨੇ ਪੁਲਿਸ ਨੂੰ ਜਿਹੜਾ ਹੈਗਾ ਸਪੋਰਟ ਕੀਤਾ ਹੈ, ਐਂਡ ਜਿਹੜੇ ਭਟਕੇ ਹੋਏ ਬੰਦੇ ਹੈ ਜਿਹੜੇ ਇਸ ਪਾਸੇ ਇਹ ਕੰਮ ਕਰਦੇ ਹੈ ਉਹਨਾਂ ਨੂੰ ਵੀ ਮੈਂ ਇਹੀ ਐਡਵਾਈਸ ਦੇਵਾਂਗੀ ਦੈਟ ਯੂ ਕਮ ਇਨ ਟੂ ਦਾ ਮੇਨ ਸਟ੍ਰੀਮ, ਐਂਡ ਜਿਹੜੇ ਆਲਟਰਨੇਟਿਵ ਸੋਰਸਿਸ ਆਫ ਇੰਪਲੋਇਮੈਂਟ ਹੈ ਉਹਨਾਂ ਵੱਲ ਆਪਾਂ ਆਪਣਾ ਧਿਆਨ ਲਾਈਏ, ਔਰ ਇਸ ਤਰ੍ਹਾਂ ਕਿ ਅਗਰ ਕ੍ਰਿਮੀਨਲ ਐਕਟੀਵਿਟੀਜ਼ 'ਚ ਤੁਸੀਂ ਇੰਗੇਜਡ ਰਹੋਗੇ ਤਾਂ ਆਪਾਂ ਤੁਹਾਨੂੰ ਛੱਡਾਂਗੇ ਨਹੀਂ, ਅਤੇ ਫਿਰ ਉਸ ਤੋਂ ਬਾਅਦ ਇੱਕ ਡੀਜਨਰੇਸ਼ਨ ਹੀ ਰਹਿੰਦਾ। ਪਿਛਲੇ 2 ਮਹੀਨਿਆਂ 'ਚ ਸਾਡੀ ਰਿਕਵਰੀਜ਼ ਵੀ ਬਹੁਤ ਅੱਛੀ ਹੈਗੀ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਸੋ ਵੀ ਆਰ ਟੇਕਿੰਗ ਸਟ੍ਰਿਕਟ ਐਕਸ਼ਨ। ABN ਨਿਊਜ਼ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਸੇ ਹਮ ਅਪੀਲ ਕਰਤੇ ਹੈ ਕਿ ABN ਨਿਊਜ਼ ਚੈਨਲ ਪਰ ਐਸੀ ਲੇਟੈਸਟ ਖਬਰ ਦੇਖਣੇ ਕੇ ਲੀਏ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁਲੇ। ਜੈ ਹਿੰਦ, ਜੈ ਭਾਰਤ।